ਅੱਜ ਅਮਰੀਕਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਤੁਹਾਨੂੰ ਪਤਾ ਹੀ ਹੈ ਜਿਵੇਂ ਬਿਜਲੀ ਦੇ ਰੇਟ ਤਾਂ ਆਲਰੇਡੀ ਪਹਿਲਾਂ ਬਹੁਤ ਜ਼ਿਆਦਾ ਨੇ ਠੀਕ ਹੈ ਜੇ ਆਪਾਂ ਹਾਊਸਿੰਗ ਏਰੀਆ ਜਾਂ ਫਿਰ ਕਮਰਸ਼ੀਅਲ ਏਰੀਆ ਦੀ ਗੱਲ ਕਰਦੇ ਤਾਂ ਬਹੁਤ ਜ਼ਿਆਦਾ ਹੈ ਜੇ ਹੁਣ ਹੋਰ ਵਧਾ ਦੇਣਗੇ ਤਾਂ ਆਮ ਇਨਸਾਨ ਕੀ ਕਰੇਗਾ ਉਹ ਕੀ ਖਾਏਗਾ ਤੇ ਕੀ ਬਣਾਏਗਾ ਠੀਕ ਹੈ ਜੀ ਤਾਂ ਇਸ ਕੇਸ ਦੇ ਵਿੱਚ ਮੈਂ ਇਹ ਕਹਾਂਗੀ ਕਿ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਕਿ ਜਦੋਂ ਵੋਟਾਂ ਦਾ ਟਾਈਮ ਆਉਂਦਾ ਤਾਂ ਉਹ ਬਹੁਤ ਕੁਝ ਕਹਿੰਦੇ ਨੇ ਬਟ ਜਦੋਂ ਵੋਟਾਂ ਹੋ ਜਾਂਦੀਆਂ ਤਾਂ ਉਸ ਟਾਈਮ ਦੇ ਉੱਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਕੁਝ ਵੀ ਦੇਖਣ ਨਹੀਂ ਆਉਂਦੇ ਐਕਚੁਅਲੀ ਠੀਕ ਹੈ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਸਰਕਾਰ ਨੂੰ ਕਿ ਇਹੋ ਜਿਹੀਆਂ ਚੀਜ਼ਾਂ ਹੀ ਨੇ ਜਿਨ੍ਹਾਂ ਦੇ ਵਿੱਚੋਂ ਰੇਟ ਘੱਟ ਕਰਕੇ ਜਨਤਾ ਦੇ ਲਈ ਕੁਝ ਕਰ ਸਕਦੇ ਨੇ ਥੈਂਕ ਯੂ ਜੀ ਹਾਂਜੀ ਅੱਜ ਜੋ ਪਤਾ ਲੱਗਿਆ ਅਖਬਾਰਾਂ ਦੇ ਵਿੱਚ ਤੇ ਟੀਵੀ ਦੇ ਉੱਤੇ ਖਬਰ ਆਈ ਹੈ ਕਿ ਜਿੱਥੇ ਪੰਜਾਬ ਦਾ ਸਮੁੱਚਾ ਵਰਗ ਹੈ ਚਾਹੇ ਮੁਲਾਜ਼ਮ ਹੈ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਉਸ ਨੂੰ ਲਤਾੜਿਆ ਜਾ ਰਿਹਾ ਹੈ ਅੱਜ ਪਾਵਰਕੌਮ ਵੱਲੋਂ ਹੋਰ ਬੋਝ ਪਾ ਕੇ ਜੋ ਉਹਨਾਂ ਦਾ ਕਮਿਸ਼ਨ ਹੈ ਉਹਨਾਂ ਨੇ ਆਰਡਰ ਕੀਤੇ ਨੇ ਕਿ 30 ਪੈਸੇ ਯੂਨਿਟ ਘਰੇਲੂ ਖਪਤਕਾਰਾਂ ਲਈ ਅਤੇ 30 ਪੈਸੇ ਯੂਨਿਟ ਫੈਕਟਰੀਆਂ ਦੇ ਲਈ ਜੋ ਰੇਟ ਵਧਾਏ ਗਏ ਨੇ ਜੋ ਕਿ ਬਾਕੀ ਸਟੇਟਾਂ ਨਾਲੋਂ ਪੰਜਾਬ ਦੇ ਜੋ ਬਿਜਲੀ ਦੇ ਰੇਟ ਨੇ ਪਹਿਲੇ ਹੀ ਬਹੁਤ ਜ਼ਿਆਦਾ ਨੇ ਜੋ ਹੋਰ ਬੋਝ ਪਾਇਆ ਜਾ ਰਿਹਾ ਹੈ ਪੰਜਾਬ ਦੇ ਜੋ ਸਮੁੱਚਾ ਵਰਗ ਹੈ ਉਹਨਾਂ ਨੂੰ ਲਤਾੜਿਆ ਜਾ ਰਿਹਾ ਹੈ ਅਤੇ ਜੋ ਉਹਨਾਂ ਦੀਆਂ ਪੰਜਾਬ ਦੇ ਜੋ ਮੰਤਰੀ ਨੇ ਉਹਨਾਂ ਦੀਆਂ ਸੁਵਿਧਾਵਾਂ ਨੇ ਉਹਨਾਂ ਨੂੰ ਬੜਾਇਆ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਜੋ ਸੁਵਿਧਾ ਜੋ ਉਹਨਾਂ ਨਾਲ ਵਾਅਦੇ ਕੀਤੇ ਨੇ ਉਹਨਾਂ ਨੂੰ ਕੋਈ ਵੀ ਜਿਹੜਾ ਉਹਨਾਂ ਦਾ ਵਾਅਦਾ ਮਸਲਾ ਜਿਹੜਾ ਹੱਲ ਨਹੀਂ ਕੀਤਾ ਜਾਂਦਾ ਇਸ ਲਈ ਅਸੀਂ ਜਥੇਬੰਦੀਆਂ ਵੱਲੋਂ ਵੀ ਅਤੇ ਸਮੁੱਚੇ ਵਰਗਾਂ ਵੱਲੋਂ ਪੰਜਾਬ ਸਰਕਾਰ ਦੀ ਪੁਰਜ਼ੋਰ ਨਿੰਦਿਆ ਕਰਦੇ ਹਾਂ ਕਿ ਉਹਨਾਂ ਨੇ ਜੋ ਪੰਜਾਬ ਦਾ ਦੁਆਲਾ ਕੱਢਿਆ ਤਾਂ ਇਸ ਨੂੰ ਲੋਕ ਕਦੇ ਬਖਸ਼ਣਗੇ ਨਹੀਂ ਪੰਜਾਬ ਦੇ ਵਿੱਚ ਬਿਜਲੀ ਪਹਿਲਾਂ ਹੀ ਬਹੁਤ ਮਹਿੰਗੀ ਕੀਤੀ ਹੋਈ ਹੈ ਹਰਿਆਣੇ ਦੇ ਵਿੱਚ ਬਿਜਲੀ ਬਹੁਤ ਸਸਤੀ ਹੈ ਦਿੱਲੀ ਦੇ ਵਿੱਚ ਬਿਜਲੀ ਬਹੁਤ ਸਸਤੀ ਹੈ ਇਹਦੀ ਜਿਹੜੀ ਕਮਾਈ ਹੈ ਇਹ ਕੌਣ ਖਾ ਰਿਹਾ ਇਹ ਕਮਾਈ ਕਿਹਦੇ ਕੋਲ ਜਾ ਰਹੀ ਹੈ 10 ਰੁਪਏ ਤੋਂ ਉੱਪਰ ਯੂਨਿਟ ਇੱਕ ਜਿਹੜਾ ਬੰਦਾ ਗਰੀਬ ਬੰਦਾ ਰਹਿੰਦਾ ਹੈ ਉਹਨੂੰ ਦਿੱਤੀ ਜਾਂਦੀ ਹੈ ਹਰਿਆਣੇ ਦੇ ਵਿੱਚ 2.5 ਰੁਪਏ ਅਤੇ ਦਿੱਲੀ ਦੇ ਵਿੱਚ 2.5 ਰੁਪਏ ਯੂਨਿਟ ਮਿਲਦੀ ਹੈ ਪੰਜਾਬ ਦੇ ਵਿੱਚ ਇੰਨੀ ਮਹਿੰਗੀ ਬਿਜਲੀ ਕਿਉਂ ਮਿਲਦੀ ਹੈ ਇਹਨੂੰ ਘੱਟ ਕੀਤਾ ਜਾਵੇ ਇਹ ਪੰਜਾਬ ਦੇ ਲੋਕਾਂ ਨਾਲ ਗਰੀਬ ਮਾਰ ਹੋ ਰਹੀ ਹੈ ਜੋ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀ ਕੋਈ ਨਹੀਂ ਪਾਸ ਹੋ ਰਿਹਾ ਕੋਈ ਪੂਰ ਨਹੀਂ ਚੜ ਰਿਹਾ ਕੋਈ ਕਿਸੇ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ ਆਮ ਲੋਕਾਂ ਦੇ ਵਜ਼ਨ ਪਾ ਰਹੇ ਹਨ ਜੀ ਬਹੁਤ ਜ਼ਿਆਦਾ ਵਰਡਨ ਹੋ ਰਿਹਾ ਬਿਜਲੀ ਖਰਚਣੀ ਮੁਸ਼ਕਿਲ ਹੋ ਰਹੀ ਹੈ ਖਰਚ ਅਤੇ ਜੋ ਉਹਨਾਂ ਨੂੰ ਫ੍ਰੀ 'ਚ ਮਿਲ ਰਹੀ ਹੈ ਜਦਕਿ ਫਿਰ ਬੈਲੈਂਸ ਬਣਾਉਣਾ ਚਾਹੀਦਾ ਨਾ ਸਾਰਾ ਸਹੀ ਹੋਣਾ ਚਾਹੀਦਾ ਸਭ ਤਰਫ ਸਾਰਾ ਨਹੀਂ ਕੱਟ ਕਰਨਾ ਚਾਹੀਦਾ ਬਿਲ ਭਰਨੇ ਮੁਸ਼ਕਿਲ ਹੋ ਰਿਹਾ ਜੀ 6-6, 7-8, 10 ਹਜ਼ਾਰ ਬਿੱਲ ਆ ਜਾਂਦਾ ਹੈਗਾ ਉਹ ਭਰਨਾ ਮੁਸ਼ਕਿਲ ਹੋ ਰਿਹਾ ਬਹੁਤ ਜ਼ਿਆਦਾ ਦੇਖ ਦੇਖ ਕੇ ਵਰਤਣੀ ਪੈਂਦੀ ਹੈ ਬਿਜਲੀ ਇਹ ਤਾਂ ਪਿਛਲੀ ਸਰਕਾਰ ਨੇ ਜੋ ਕੀਤਾ ਹੋਇਆ ਨਾ ਆਪਣਾ ਉਹ ਇਕਰਾਰਨਾਮਾ ਉਹਦੇ ਕਾਰਨ ਹੀ ਸਾਰਾ ਕੁਛ ਹੋ ਰਿਹਾ ਹੈ ਠੀਕ ਹੈ ਪਿਛਲੇ ਅਕਾਲੀ ਭਾਜਪਾ ਸਰਕਾਰ ਦੇ ਬੀਜੇ ਹੋਏ ਕੱਡੇ ਨੇ ਜਿਹੜੇ ਉਹ ਇਹ ਕੈਪਟਨ ਸਰਕਾਰ ਹੈ ਜਿਹੜੀ ਚੁੱਕ ਰਹੀ ਹੈ ਇਹਨਾਂ ਨੇ ਜਾਂਦਿਆਂ ਜਾਂਦਿਆਂ ਬਹੁਤ ਐਸੇ ਕੰਮ ਕਰ ਗਏ ਜਿਹੜੇ ਅੱਜ ਦੀ ਜਿਹੜੀ ਸਰਕਾਰ ਹੈ ਕੈਪਟਨ ਸਾਹਿਬ ਦੀ ਸਰਕਾਰ ਹੈ ਇਹਨੂੰ ਉਸ ਸਮੇਂ 'ਚੋਂ ਗੁਜ਼ਰਨਾ ਪੈ ਰਿਹਾ ਜਿਹੜੇ ਉਹਨਾਂ ਦੇ ਬੀਜੇ ਹੋਏ ਕੱਢੇ ਦੇਖੋ ਗੱਲ ਇਹ ਹੈ ਬੋਝ ਤਾਂ ਹੁੰਦਾ ਹੀ ਹੈ ਕੋਈ ਵੀ ਮਹਿੰਗਾਈ ਵੱਧਦੀ ਹੈ ਕਿਸੇ ਕਿਸਮ ਦੀ ਵੱਧਦੀ ਹੋਵੇ ਉਹਦੇ ਨਾਲ ਪਬਲਿਕ 'ਤੇ ਤਾਂ ਬੋਝ ਪੈਂਦਾ ਹੀ ਹੈ ਠੀਕ ਹੈ ਨਾ ਜੀ ਪੰਜਾਬ ਬਿਜਲੀ ਅਥਾਰਟੀ ਕਮਿਸ਼ਨ ਦੁਆਰਾ ਪੰਜਾਬ ਕੇ ਬਿਜਲੀ ਖਪਤਕਾਰੋਂ ਪਰ ਜੋ 1400 ਕਰੋੜ ਰੁਪਏ ਕਾ ਬੋਝ ਡਾਲਾ ਗਿਆ ਹੈ 30 ਪੈਸੇ ਪ੍ਰਤੀ ਯੂਨਿਟ ਬਿਜਲੀ ਕਾ ਰੇਟ ਜਨਵਰੀ 2020 ਸੇ ਬੜ ਜਾਏਗਾ ਉਸਕੇ ਬਾਅਦ ਆਮ ਲੋਕੋਂ ਕੇ ਅੰਦਰ ਰੋਸ ਕੀ ਲਹਿਰ ਹੈ ਲੋਕੋਂ ਨੇ ਕਿਹਾ ਕਿ ਸਰਕਾਰ ਕੋ ਐਸਾ ਨਹੀਂ ਕਰਨਾ ਚਾਹੀਏ ਪੰਜਾਬ ਮੇਂ ਬਿਜਲੀ ਪਹਿਲੇ ਹੀ ਹਰਿਆਣਾ ਔਰ ਦਿੱਲੀ ਔਰ ਅਨੇ ਰਾਜਿਓਂ ਸੇ ਮਹਿੰਗੀ ਹੈ ਆਮ ਆਦਮੀ ਮਹਿੰਗਾਈ ਮੇਂ ਪਹਿਲੇ ਪਿਸ ਰਿਹਾ ਹੈ ਬਿਜਲੀ ਕਾ ਰੇਟ ਔਰ ਬੜਾ ਦਿਆ ਗਿਆ ਹੈ ਜੋ ਗਰੀਬ ਆਦਮੀ ਕੇ ਉੱਪਰ ਔਰ ਜ਼ਿਆਦਾ ਬੋਝ ਡਾਲੇਗਾ ਕੈਮਰਾਮੈਨ ਬਾਲ ਸ਼ੰਕਰ ਕੇ ਸਾਥ ਪੁਰਸ਼ੋਤਮ ਕੌਸ਼ਿਕ ਸਮਾਣਾ ਨਿਊਜ਼